ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਹਰ ਕੀ ਕਥਾ ਅਨਾਹਦ ਬਾਣੀ। ਹੰਸ ਹੋਏ ਹੀਰਾ ਲੇ ਪਛਾਨੀ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 39 ਵਿੱਚ ਅੱਜ ਆਪਾਂ ਗੁਰੂ ਜੀ ਦਾ ਦਿੱਲੀ ਪੁੱਜਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਗੁਰੂ ਜੀ ਨੇ ਜਦ ਅੰਬਾਲੇ ਵਿਖੇ ਝੀਵਰ 'ਤੇ ਕਿਰਪਾ ਕੀਤੀ, ਤਦ ਝੀਵਰ ਡੇਰੇ ਤੋਂ ਬਾਹਰ ਆਇਆ ਤਾਂ ਉਸ ਛਿਣ ਪਹਿਲਾਂ ਵਰਗੀ ਉਸਦੀ ਬੁੱਧੀ ਬਣ ਗਈ ਅਤੇ ਉਸਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਗਿਆਨ ਨਹੀਂ ਸੀ। ਸਤਿਗੁਰੂ ਜੀ ਦਾ ਸ੍ਰੇਸ਼ਠ ਜਸ ਜਾਣ ਕੇ ਉਹ ਬ੍ਰਾਹਮਣ, ਜਿਸ ਦੇ ਹਿਰਦੇ ਵਿੱਚ ਗਿਆਨ ਦ੍ਰਿੜ ਹੋ ਗਿਆ ਸੀ, ਉਹ ਸਿੱਖ ਬਣ ਗਿਆ ਅਤੇ ਆਪਣਾ ਜਨਮ ਸੁਧਾਰ ਲਿਆ ਅਤੇ ਸਵਤੰਤਰ ਅਤੇ ਸੁਖੀ ਹੋ ਕੇ ਜੱਗ ਵਿੱਚ ਫਿਰਿਆ। ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਉੱਥੇ ਇੱਕ ਰਾਤ ਠਹਿਰ ਕੇ ਸਵੇਰ ਹੋਣ 'ਤੇ ਕਮਰ ਕੱਸਾ ਕਰਕੇ ਤਿਆਰ ਹੋ ਕੇ ਦਿੱਲੀ ਵੱਲ ਚੱਲ ਪਏ। ਸਾਰੀ ਸੈਨਾ ਉਹਨਾਂ ਦੇ ਪਿੱਛੇ ਆ ਰਹੀ ਸੀ। ਵਸਤਰ ਗਹਿਣੇ ਪਾਏ ਸ਼ੋਭ ਰਹੇ ਸਨ ਅਤੇ ਹੱਥ ਵਿੱਚ ਮਨ ਨੂੰ ਮੋਹ ਲੈਣ ਵਾਲੀ ਛੜੀ ਫੇਰ ਰਹੇ ਸਨ। ਰਾਹ ਦੇ ਵਿੱਚ ਇਸਤਰੀ ਪੁਰਸ਼ ਵੇਖ ਰਹੇ ਸਨ, ਬਾਲਕ ਰੂਪ ਵੇਖ ਕੇ ਬਲਿਹਾਰ ਜਾਂਦੇ ਸਨ। ਇੱਕ ਦਿਨ ਰਸਤੇ ਵਿੱਚ ਚੱਲਦੇ ਰਹੇ, ਰਾਜਾ ਜੈ ਸਿੰਘ ਦੇ ਦੂਤ ਨੇ ਫਿਰ ਆ ਕੇ ਕਿਹਾ, ਹੁਣ ਸਾਰੀ ਖਬਰ ਲਿਖ ਕੇ ਅੱਗੇ ਭੇਜਦਾ ਹਾਂ, ਰਾਜਾ ਸੁਣ ਕੇ ਬਹੁਤ ਪ੍ਰਸੰਨ ਹੋਵੇਗਾ। ਆਪ ਜੀ ਨੂੰ ਅੱਗੇ ਹੋ ਕੇ ਲੈਣ ਆਉਣਗੇ, ਆਦਰ ਨਾਲ ਆਪ ਦੀ ਬਹੁਤ ਵਡਿਆਈ ਰੱਖਣਗੇ। ਵੱਡੇ ਸਮਾਜ ਸਹਿਤ ਨਗਰ ਵਿੱਚ ਪ੍ਰਵੇਸ਼ ਕਰੋ ਅਤੇ ਸਾਰੇ ਸਿੱਖ ਤੁਹਾਡੇ ਦਰਸ਼ਨ ਕਰਨ। ਇਹ ਸੁਣ ਕੇ ਸਤਿਗੁਰੂ ਜੀ ਨੇ ਬਚਨ ਫਰਮਾਇਆ, ਸਾਡਾ ਮਤ ਜਿਵੇਂ ਤੁਸੀਂ ਸਮਝ ਗਏ ਹੋ ਉਸ ਤਰ੍ਹਾਂ ਹੀ ਉੱਥੇ ਜਾ ਕੇ ਤੁਸੀਂ ਕਹੋ। ਮੇਰਾ ਪ੍ਰਣ ਪੂਰਾ ਕਰਨ ਬਾਰੇ ਹਿਰਦੇ ਵਿੱਚ ਅਭਿਲਾਸ਼ਾ ਰੱਖੋ। ਜਿਸ ਤਰ੍ਹਾਂ ਕਿ ਬਾਦਸ਼ਾਹ ਨਾਲ ਨਾ ਮਿਲੀਏ, ਉਸ ਤਰ੍ਹਾਂ ਹੀ ਤੁਸੀਂ ਉਚਿਤ ਕਾਰਜ ਕਰਨਾ ਹੈ। ਆਪ ਜਾ ਕੇ ਰਾਜੇ ਨੂੰ ਸਮਝਾਓ, ਸਾਡੇ ਆਉਂਦਿਆਂ ਸਾਰੇ ਸਮਾਜ ਨੂੰ ਲੈ ਕੇ ਮਿਲੋ, ਸਾਰੀ ਗੁਰੂ ਦੀ ਸੰਗਤ ਨੂੰ ਸੁਣਾ ਦਿਓ, ਮੁਖੀ ਮਸੰਦ ਸਾਰੇ ਆ ਕੇ ਮਿਲਣ। ਇਸ ਤਰ੍ਹਾਂ ਸਤਿਗੁਰੂ ਜੀ ਨੇ ਜਦ ਆਗਿਆ ਕੀਤੀ ਤਾਂ ਦੂਤ ਤਿਆਰ ਹੋ ਕੇ ਚਲਾ ਗਿਆ। ਸਾਰਾ ਰਾਹ ਬੜੀ ਛੇਤੀ ਲੰਘ ਕੇ ਉਸ ਨਗਰ ਵਿੱਚ ਬੜੇ ਆਨੰਦ ਨਾਲ ਪਹੁੰਚ ਗਿਆ। ਉੱਥੇ ਜਾ ਕੇ ਰਾਜਾ ਜੈ ਸਿੰਘ ਸਵਾਈ ਨੂੰ ਜਾ ਕੇ ਮਿਲਿਆ ਅਤੇ ਸਾਰੀ ਹਕੀਕਤ ਕਹਿ ਕੇ ਸੁਣਾਈ। ਦੂਤ ਨੇ ਕਿਹਾ, ਮਹਾਰਾਜ ਮੇਰੀ ਗੱਲ ਸੁਣੋ, ਆਪ ਜੀ ਦੇ ਭਾਗ ਪ੍ਰਗਟ ਰੂਪ ਵਿੱਚ ਬੜੇ ਵੱਡੇ ਹਨ। ਬਹੁਤ ਵਾਰ ਮੈਂ ਪਹਿਲਾਂ ਵੀ ਪਰਖਿਆ ਹੈ, ਨਾ ਬਣਨ ਵਾਲਾ ਕਾਰਜ ਵੀ ਬਣ ਜਾਂਦਾ ਹੈ। ਇੱਧਰ ਆਉਣ ਦਾ ਜਿਨ੍ਹਾਂ ਦਾ ਕੋਈ ਵੀ ਆਸ਼ਾ ਨਹੀਂ ਸੀ, ਕਹਿ ਕਹਿ ਕੇ ਭਾਵੇਂ ਕਿਸੇ ਤਰ੍ਹਾਂ ਵੀ ਕਹਿੰਦੇ, ਕਦੀ ਨਾ ਮੰਨਦੇ, ਪਰ ਤੁਹਾਡਾ ਨਾਂ ਸੁਣਦਿਆਂ ਚੱਲ ਆਏ ਹਨ ਲੋਕ ਪ੍ਰਲੋਕ ਵਿੱਚ ਜਿਹੜੇ ਸਹਾਇਕ ਹੁੰਦੇ ਹਨ। ਨਾ ਆਉਣ ਦਾ ਵੀ ਵੱਡਾ ਕਾਰਨ ਸੀ, ਆਪ ਜੀ ਸੁਣੋ ਮੈਂ ਉਚਾਰਨ ਕਰਦਾ ਹਾਂ। ਉਹਨਾਂ ਨੇ ਨਾ ਮਲੇਸ਼ ਦੇ ਦਰਸ਼ਨ ਕਰਨੇ ਹਨ ਅਤੇ ਨਾ ਹੀ ਮਲੇਸ਼ ਦੇ ਪਾਸ ਜਾ ਕੇ ਦਰਸ਼ਨ ਦੇਣੇ ਹਨ। ਪਹਿਲਾਂ ਸ਼੍ਰੀ ਹਰਿਰਾਏ ਜੀ ਨੇ ਇਹ ਪ੍ਰਣ ਕੀਤਾ ਸੀ, ਸਰੀਰ ਦੇ ਅੰਤ ਤੱਕ ਉਹਨਾਂ ਨੇ ਨਿਭਾਇਆ ਹੈ। ਗੱਦੀ 'ਤੇ ਬੈਠ ਕੇ ਇਹਨਾਂ ਨੇ ਪ੍ਰਣ ਕੀਤਾ ਹੈ ਅਤੇ ਪਿਤਾ ਜੀ ਵਾਂਗ ਆਪਣਾ ਪ੍ਰਣ ਨਿਭਾਉਣਾ ਚਾਹੁੰਦੇ ਹਨ। ਇਹ ਵੀ ਕਰਦੇ ਇੱਧਰ ਕਦੀ ਨਾ ਆਉਂਦੇ, ਮਾਲਵੇ ਦੇਸ਼ ਵਿੱਚ ਜਾ ਪ੍ਰਵੇਸ਼ ਕਰਦੇ। ਮੈਂ ਤੁਹਾਡੇ ਪ੍ਰੇਮ ਬਾਰੇ ਕਿਹਾ ਕਿ ਉਹ ਦਰਸ਼ਨ ਕਰਕੇ ਆਪਣਾ ਮੋਖ ਚਾਹੁੰਦੇ ਹਨ। ਵਾਰ ਵਾਰ ਰਾਜੇ ਨੇ ਵੰਦਨਾ ਕੀਤੀ ਹੈ, ਪੈਜ ਪੂਰੀ ਕਰੋ ਜਿਵੇਂ ਮੈਂ ਕਿਹਾ ਹੈ। ਬਾਦਸ਼ਾਹ ਦੇ ਪਾਸ ਮੈਂ ਸਭ ਪ੍ਰਕਾਰ ਦੀ ਗੱਲਬਾਤ ਕਰ ਆਇਆ ਹਾਂ। ਦੀਨ ਬੰਧੂ, ਤੁਹਾਡਾ ਸਦਾ ਹੀ ਧਰਮ ਰਿਹਾ ਹੈ, ਇੱਕ ਵਾਰ ਨਗਰ ਵਿੱਚ ਦਰਸ਼ਨ ਵਿਖਾਓ, ਫਿਰ ਜਿਵੇਂ ਚਿੱਤ ਵਿੱਚ ਚਾਹਤ ਹੋਵੇ ਉਸ ਤਰ੍ਹਾਂ ਹੀ ਸੁੱਖ ਪਾਓ। ਬਾਦਸ਼ਾਹ ਨੂੰ ਮਿਲਣਾ ਆਪ ਜੀ ਦੀ ਮਰਜ਼ੀ ਹੈ, ਅਸੀਂ ਇਸ ਬਾਰੇ ਕਦੀ ਵੀ ਫਿਰ ਬੇਨਤੀ ਨਹੀਂ ਕਰਾਂਗੇ। ਇਤਿਹਾਦਕ ਬਹੁਤ ਬੇਨਤੀ ਕੀਤੀ, ਪ੍ਰੇਮ ਬਾਰੇ ਸੁਣ ਕੇ ਸਾਰੀਆਂ ਗਿਣਤੀਆਂ ਛੱਡ ਦਿੱਤੀਆਂ, ਸੇਵਕ ਵਾਂਗ ਜਾਣ ਕੇ ਆਏ ਹਨ ਜਿਨ੍ਹਾਂ ਦੇ ਪਾਸ ਸਦਾ ਬਹੁਤ ਸੰਗਤਾਂ ਪਹੁੰਚਦੀਆਂ ਹਨ। ਚਾਰੇ ਕੁੰਟਾਂ ਦੇ ਸਾਰੇ ਦੇਸ਼ ਮੰਨਦੇ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਸਮਝਦੇ ਹਨ, ਸਾਰਿਆਂ ਦੀ ਕਾਮਨਾ ਪੂਰੀ ਕਰਦੇ ਹਨ। ਬਾਲਕ ਮੂਰਤ ਬੜੀ ਸੁੰਦਰ ਅਤੇ ਕੋਮਲ ਹੈ। ਉਹਨਾਂ ਦੇ ਗੁਣ ਕਿੱਥੋਂ ਤੱਕ ਕਹਾਂ, ਜੇ ਕਹਾਂ ਕਿ ਉਹ ਗੁਣਾਂ ਦੇ ਸਮੁੰਦਰ ਹਨ ਤਾਂ ਇਹ ਪਦ ਵੀ ਬਹੁਤ ਛੋਟਾ ਹੈ, ਕਿਉਂਕਿ ਉਹ ਇਸ ਤੋਂ ਵੀ ਵੱਡੇ ਗੁਣੀ ਹਨ। ਆਪ ਜੀ ਦੇ ਚੰਗੇ ਭਾਗ ਜਾਗੇ ਹਨ ਜਿਸ ਨੂੰ ਆ ਕੇ ਦਰਸ਼ਨ ਦੇਣਗੇ।
ਤੁਸੀਂ ਸਦਾ ਹੀ ਉਹਨਾਂ ਦੀ ਆਗਿਆ ਅਨੁਸਾਰ ਰਹੋ, ਉਲਟ ਨਾ ਹੋਵੋ, ਹਿਤਕਾਰੀ ਬਣੋ। ਭਰਾਤਾ ਰਾਮ ਰਾਏ ਇੱਕ ਤਾਲ ਵਾਂਗ ਹਨ, ਇਹ ਅਜ਼ਮਤ ਦੇ ਅਸਗਾਹ ਸਾਗਰ ਵਾਂਗ ਹਨ। ਇਹ ਪਤਾ ਲੱਗਦਾ ਹੈ ਕਿ ਉਹਨਾਂ ਵਿੱਚ ਧੀਰਜ ਧਰਤੀ ਸਮਾਨ ਹੈ, ਜਿਨ੍ਹਾਂ ਦੀ ਕਰਨੀ ਮਹਾਂਗੰਭੀਰ ਹੈ। ਸਵੇਰ ਹੁੰਦਿਆਂ ਹੀ ਅੱਗੋਂ ਲੈਣ ਚੱਲੀਏ, ਆਦਰ ਦੇ ਨਾਲ ਉਪਹਾਰ ਦੇ ਕੇ ਮਿਲੀਏ। ਸਨੇਮਰ ਰਹੋ ਅਤੇ ਮੂੰਹ ਮੰਗੀਆਂ ਮੁਰਾਦਾਂ ਪਾਓ, ਪ੍ਰੇਮ ਨਾਲ ਬਹੁਤ ਸੇਵਾ ਕਰੋ। ਇਤਿਹਾਦਕ ਸਭ ਕਥਾ ਸੁਣਾਈ, ਜਿਵੇਂ ਸੰਗਤ ਰਸਤੇ ਵਿੱਚ ਆ ਕੇ ਮਿਲੀ। ਇਹ ਸੁਣ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ ਅਤੇ ਮਨ ਸ਼ਰਧਾਵਾਨ ਕਰਕੇ ਵੰਦਨਾ ਕਰਦਾ ਸੀ। ਚਿਹਰਾ ਕਮਲ ਵਾਂਗ ਖਿੜਿਆ ਸੀ ਅਤੇ ਤੁਰੰਤ ਸਾਰਾ ਸਮਾਜ ਤਿਆਰ ਕੀਤਾ। ਸਵੇਰ ਹੋਈ ਤਾਂ ਚੜ੍ਹ ਕੇ ਅਗਾਊਂ ਲੈਣ ਚੱਲ ਪਿਆ। ਗੁਰੂ ਸਰੂਪ ਨੂੰ ਵੇਖਣ ਦਾ ਬਹੁਤ ਚਾਅ ਸੀ, ਬਹੁਤ ਸੈਨਾ ਚੜ੍ਹ ਕੇ ਪਿੱਛੇ ਚੱਲ ਪਈ ਅਤੇ ਦੋ ਕੋਹਾਂ 'ਤੇ ਅੱਗੇ ਜਾ ਕੇ ਮਿਲਿਆ। ਨੰਗੇ ਪੈਰੀ ਅਸਵਾਰੀ ਛੱਡ ਸਨੇਮਰ ਹੋ ਕੇ ਵੰਦਨਾ ਧਾਰਨ ਕੀਤੀ। ਫਿਰ ਗੁਰੂ ਜੀ ਨੇ ਪਾਲਕੀ ਨੂੰ ਰੁਕਵਾਇਆ ਅਤੇ ਰਾਜੇ ਪਾਸੋਂ ਕੁਸ਼ਲ ਆਨੰਦ ਬਾਰੇ ਪੁੱਛਿਆ। ਹੱਥ ਜੋੜ ਕੇ ਰਾਜੇ ਨੇ ਸਾਰੀ ਗੱਲ ਉਚਾਰਨ ਕੀਤੀ ਅਤੇ ਗੁਰੂ ਜੀ ਦੀ ਆਗਿਆ ਪਾ ਕੇ ਘੋੜੇ 'ਤੇ ਸਵਾਰ ਹੋ ਗਿਆ। ਹੌਲੀ ਹੌਲੀ ਨਗਰ ਵੱਲ ਚੱਲ ਪਏ। ਆਪਸ ਵਿੱਚ ਵੇਖਦੇ ਸਨ, ਪ੍ਰੇਮ ਥੋੜ੍ਹਾ ਨਹੀਂ ਸੀ। ਫਿਰ ਮਸੰਦ ਸਾਰੀ ਸੰਗਤ ਲੈ ਕੇ ਉਪਹਾਰ ਦੇ ਕੇ ਆ ਕੇ ਮਿਲੇ। ਸਾਰਿਆਂ ਨੂੰ ਚੰਗੀ ਤਰ੍ਹਾਂ ਉਪਦੇਸ਼ ਦੇ ਕੇ ਦਿੱਲੀ ਨਗਰ ਦੇ ਵਿੱਚ ਪ੍ਰਵੇਸ਼ ਕਰ ਗਏ। ਜੈ ਸਿੰਘ ਪੁਰਾ ਆਬਾਦੀ ਵਾਲਾ ਜਿੱਥੇ ਸਥਾਨ ਸੀ, ਰਾਜਾ ਜੈ ਸਿੰਘ ਉਸ ਪਾਸੇ ਗੁਰੂ ਜੀ ਨੂੰ ਲੈ ਕੇ ਚੱਲ ਪਿਆ। ਜਿਸ ਗਲੀ ਵਿੱਚੋਂ ਚਲੇ ਜਾ ਰਹੇ ਸਨ, ਉਸ ਵਿੱਚ ਹੀ ਮਨੁੱਖ ਖੜ੍ਹੇ ਸਨ, ਹੱਥ ਜੋੜ ਕੇ ਵੰਦਨਾ ਕਰਦੇ ਸਨ। ਵੇਖ ਕੇ ਆਪਸ ਵਿੱਚ ਸ੍ਰੇਸ਼ਟ ਜਸ ਕਹਿੰਦੇ ਸਨ, ਜਿਹੜੇ ਸ਼੍ਰੀ ਰਾਮ ਰਾਏ ਜੀ ਪਹਿਲਾਂ ਆਏ ਹਨ, ਉਹਨਾਂ ਦੇ ਭਰਾਤਾ ਹੁਣ ਆਏ ਹਨ, ਗੁਰਗੱਦੀ ਉੱਤੇ ਇਹੋ ਬੈਠੇ ਹਨ, ਅਜ਼ਮਤ ਧਰ ਕੇ। ਸ਼੍ਰੀ ਗੁਰੂ ਨਾਨਕ ਦੇਵ ਜੀ ਵਰਗੇ ਹਨ, ਬਾਲ ਉਮਰ ਹੈ ਪਰ ਬੁੱਧੀ ਗੰਭੀਰ ਹੈ, ਧੀਰ ਨਧੀਰ ਅਤੇ ਪੀਰਾਂ ਦੇ ਪੀਰ ਹਨ। ਗਲੀ ਬਾਜ਼ਾਰਾਂ ਵਿੱਚ ਚਲੇ ਜਾ ਰਹੇ ਸਨ, ਅਨੇਕ ਪ੍ਰਕਾਰ ਲੋਕ ਬੋਲਦੇ ਜਾਂਦੇ ਸਨ, ਵੱਡੀ ਭੀੜ ਸਹਿਤ ਚੌਰ ਫਿਰ ਰਹੇ ਸਨ, ਬਹੁਤ ਹੌਲੀ ਹੌਲੀ ਪਾਲਕੀ ਨੂੰ ਲਈ ਜਾ ਰਹੇ ਸਨ। ਚੱਲਦਿਆਂ ਚੱਲਦਿਆਂ ਜਦ ਡੇਰਾ ਨੇੜੇ ਆ ਗਿਆ ਤਾਂ ਜੈ ਸਿੰਘ ਘੋੜੇ ਤੋਂ ਉੱਤਰ ਕੇ ਆਇਆ, ਹੱਥ ਜੋੜ ਕੇ ਗੁਰੂ ਜੀ ਨੂੰ ਥੱਲੇ ਉਤਾਰਿਆ ਅਤੇ ਨਾਲ ਲੈ ਕੇ ਘਰ ਨੂੰ ਚੱਲ ਪਿਆ। ਉਸ ਸਮੇਂ ਸੁੱਖ ਦੇਣ ਵਾਲੀ ਮਾਘ ਫੱਗਣ ਦੇ ਮਹੀਨਿਆਂ ਦੀ ਠੰਡੀ ਰੁੱਤ ਸੀ। ਘਰ ਵਿੱਚ ਸੁੰਦਰ ਪਲੰਗ ਡੁਹਾਏ ਗਏ, ਵੱਡੇ ਵੱਡੇ ਵਿਛਾਉਣੇ ਵਿਛਾਏ ਗਏ, ਸੁੰਦਰ ਚੰਦੋਆ ਬੰਨ ਕੇ ਤਾਣਿਆ ਗਿਆ। ਸਾਰੇ ਬੜੇ ਅਦਬ ਨਾਲ ਉੱਥੇ ਬੈਠ ਗਏ। ਰਾਜਾ ਵੀ ਬੰਧਨਾ ਧਾਰ ਕੇ ਨੇੜੇ ਹੀ ਬੈਠਾ ਸੀ, ਆਪਣੇ ਆਪ ਨੂੰ ਪ੍ਰਸੰਨ ਕਰਨ ਵਾਸਤੇ ਆਪਸ ਵਿੱਚ ਰੁਚੀ ਅਨੁਸਾਰ ਵਾਰਤਾਲਾਪ ਕਰ ਰਹੇ ਸਨ। ਮਸੰਦਾ ਨੇ ਸਾਰੀ ਸੰਗਤ ਨੂੰ ਕਿਹਾ, ਜਿਹੜੀ ਦਰਸ਼ਨਾਂ ਵਾਸਤੇ ਇਕੱਠੀ ਹੋਈ ਸੀ, ਕੱਲ੍ਹ ਨੂੰ ਦਰਸ਼ਨ ਕਰਕੇ ਆਪਣੇ ਨੈਣ ਸਫਲ ਕਰੋ, ਇਸ ਤਰ੍ਹਾਂ ਸਤਿਗੁਰੂ ਜੀ ਦੀ ਮਰਜ਼ੀ ਹੈ। ਇਹ ਸੁਣ ਕੇ ਨਗਰ ਦੇ ਜਿਹੜੇ ਸਿੱਖ ਸਨ, ਵੰਦਨਾ ਕਰਕੇ ਆਪੋ ਆਪਣੇ ਘਰਾਂ ਵਿੱਚ ਚਲੇ ਗਏ। ਫਿਰ ਆ ਕੇ ਦਰਸ਼ਨ ਕਰ ਲਵਾਂਗੇ, ਉਹ ਕਹਿ ਰਹੇ ਸਨ। ਸੋ ਸਾਧ ਸੰਗਤ ਜੀ, ਇੱਥੇ 10ਵੀਂ ਰਾਸ ਦਾ 39ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।